ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ। ਲੋਬੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੇਪਰ ਭਰੇ ਗਿਆ ਸੀ 2 ਤਰੀਕ ਨੂੰ, 4 ਤਰੀਕ ਨੂੰ ਤੇ 7 ਤਰੀਕ ਨੂੰ। ਠੀਕ ਹੈ। ਤੇ ਉਹਨਾਂ ਦੇ ਕੋਟੇ ਹੁਣ ਨੇੜੇ ਬਣੇ ਗਿਆ ਉਹਨਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿੱਥੇ-ਕਿੱਥੇ ਕਿੰਨਾ-ਕਿੰਨਾ ਕੋਟਾ ਵਾ। ਠੀਕ ਹੈ। ਤੁਹਾਡੀ ਤੁਹਾਨੂੰ ਜਿਹੜੀ ਸਲਿੱਪ ਮਿਲੀ ਹੋਊਗੀ ਸਲਿੱਪ ਤੇ ਇਹਦਾ ਲਿਖਿਆ ਨੇ ਤੁਹਾਡੇ ਦੇ ਪੇਪਰ ਵਾ ਕਿੱਥੇ ਭਰੇ ਗਿਆ ਆ ਉਹਨੂੰ ਵੇਖ ਕੇ ਤੇ ਫਿਰ ਤੁਸੀਂ ਸਾਡੀ ਵੀਡੀਓ ਵੇਖ ਕੇ ਠੀਕ ਹੈ ਤੇ ਪਤਾ ਲੱਗ ਸੋ ਵੀ ਕਿੱਥੇ ਕਿੱਥੇ ਕਿੰਨਾ ਕਿੰਨਾ ਕੋਟਾ ਜਿੱਥੇ ਤੁਸੀਂ ਪੇਪਰ ਭਰੇ ਉਹਥੇ ਕਿੰਨਾ ਕੋਟਾ ਵਾ ਇਹ ਤੁਹਾਨੂੰ ਪਤਾ ਲੱਗ ਜਾਊਗਾ ਇਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਆਂ ਜਿਆਦਾ ਚੇਤੇ ਨਾਲ ਇਹ ਵੀਡੀਓ ਕਰਦੇ ਆਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਤਾਂ ਜੇ ਅਗੈ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਤੇ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਕੋਈ ਵੀ ਇਨਫੋਰਮੇਸ਼ਨ ਆ ਚਾਹੁੰਦੇ ਹੋ ਤੁਸੀਂ ਨਾਲ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਲੋਈ ਫਿਰ ਜਿਆਦਾ ਚਿਰ ਨਾਲ ਇਹ ਦੇ ਕਰਦੇ ਆ ਵੀਡੀਓ ਸਟਾਰਟ ਆਪਾਂ ਤੁਹਾਨੂੰ ਦੱਸਾਂਗੇ ਟੋਟਲ ਕੋਟਾ ਕਿੰਨਾ ਵਾ ਜਿਹਦੇ ਵਿੱਚੋਂ ਕਿੰਨਾ ਕੋਟਾ ਨੌ ਮੰਤ ਵਾਲਾ ਕਿੰਨਾ ਸਾਲ ਵਾਲਾ ਤੇ ਕਿੰਨਾ ਜਿਹੜਾ ਹੈਗਾ ਵਾ ਜਿਹੜਾ ਡੋਮੈਸਟਿਕ ਪੇਪਰਾਂ ਵਾਲਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਠੀਕ ਆ ਸਭ ਤੋਂ ਪਹਿਲਾਂ ਆਪਾਂ ਦੱਸ ਦਿਆਂ ਕੋਟਾ ਪੋਟੈਂਸਾ ਦਾ ਪੋਟੈਂਸਾ ਦਾ ਕੋਟਾ ਹੈਗਾ ਵਾ ਟੋਟਲ ਕੋਟਾ ਹੈਗਾ 1500 ਦਾ ਮਲਕੀ 1500 ਕੋਟਾ ਵਾ ਟੋਟਲ ਬੰਦਿਆਂ ਦਾ ਜਿਹਦੇ ਵਿੱਚੋਂ 500 ਬੰਦੇ ਦਾ ਕੋਟਾ ਹੈਗਾ ਵਾ ਸਾਵਲ ਵਾਲੇ ਪੇਪਰਾਂ ਦਾ ਤੇ 600 640 ਕੋਟਾ ਹੈਗਾ ਵਾ ਨੌਮੰਤ ਵਾਲਿਆਂ ਦਾ ਤੇ 350 ਕੋਟਾ ਹੈਗਾ ਵਾ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਫਿਲ ਕੀਤੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਅਗੇ ਕਿਹੜਾ ਆਇੰਦਾ ਵਾ ਰਿਜੂ ਕਲੱਬ ਰੀ ਆ ਰਿਜੂ ਕਲੱਬ ਬਾਰੇ ਗੱਲ ਕਰਦੇ ਆ ਉੱਥੇ ਕੋਟਾ ਟੋਟਲ ਹੈਗਾ ਵਾ 322 ਬੰਦੇ ਦਾ ਕੋਟਾ ਵਾ ਜਿਦੇ ਵਿੱਚੋਂ 200 ਬੰਦੇ ਦਾ ਕੋਟਾ ਹੈਗਾ ਵਾ ਆਪਣੇ ਸਾਵਲ ਪੇਪਰਾਂ ਦਾ ਤੇ 70 ਬੰਦੇ ਦਾ ਕੋਟਾ ਹੈਗਾ ਵਾ 9 ਮੰਥ ਵਾਲਿਆਂ ਦਾ ਤੇ 50 ਬੰਦੇ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਪੇਪਰ ਫਿਲ ਕੀਤਾ ਡੋਮੈਸਟਿਕ ਦੇ ਠੀਕ ਹੈ ਇਦਾਂ ਵਾ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰੀਜੋ ਕਲੱਬ ਦੇ ਤੋਂ ਬਾਅਦ ਆਪਣੀ ਆਉਂਦੇ ਆ ਕਿਹੜਾ 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 ਕਸੇਰਤਾ ਕਸੇਰ ਤੇ ਬਾਰੇ ਗੱਲ ਕਰਦੇ ਆ ਕਸੇਰ ਤੇ ਦਾ ਕੋਟਾ ਹੈਗਾ ਵਾ 6600 6630 ਬੰਦਿਆਂ ਦਾ ਕੋਟਾ ਹੈਗਾ ਵਾ ਕਸੇਰਤਾ ਦਾ ਜਿਹਦੇ ਵਿੱਚੋਂ 25000 ਬੰਦਿਆਂ ਦਾ ਕੋਟਾ ਹੈਗਾ ਵਾ ਸਰ ਵਾਲੇ ਪੇਪਰਾਂ ਦਾ 4000 ਬੰਦਿਆਂ ਦਾ ਕੋਟਾ ਹੈਗਾ ਵਾ 9 ਮਹੀਨਾਂ ਵਾਲੇ ਪੇਪਰਾਂ ਦਾ ਤੇ 126 ਬੰਦਿਆਂ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਪੇਪਰ ਫਿਲ ਕੀਤੇ ਆ ਡੋਮੈਸਟਿਕ ਕਸੇਰਤਾ ਦੀ ਮੈਂ ਗੱਲ ਕਰ ਰਿਹਾ ਵਾਂ ਉਸ ਤੋਂ ਬਾਅਦ ਗੱਲ ਕਰਦੇ ਆ ਨਾਪੋਲੀ ਦੀ ਨਾਪੋਲੀ ਦਾ ਟੋਟਲ ਕੋਟਾ ਹੈਗਾ ਵਾ 1306 ਬੰਦਿਆਂ ਦਾ ਕੋਟਾ ਵਾ ਜਿਹਦੇ ਵਿੱਚੋਂ 650 ਬੰਦਿਆਂ ਦੇ ਪੇਪਰ ਹੈਗੇ ਆ 9 ਮਹੀਨਤ ਵਾਲੇ 515 ਪੇਪਰ ਹੈਗੇ ਆ ਸਾਲ ਵਾਲੇ ਤੇ 150 ਬੰਦੇ ਪੇਪਰ ਹੈ ਗਿਆ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਫਿਲ ਕੀਤੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸਲੇਰ ਨੌ ਦੀ ਸਲੇਰ ਨੌ ਵਿੱਚ ਕੋਟਾ ਹੈਗਾ ਵਾ 1760 ਦਾ ਕੋਟਾ ਵਾ ਸਲੇਰ ਨੌ ਦੇ ਵਿੱਚ ਜਿਹਦੇ ਵਿੱਚੋਂ 1000 ਬੰਦੇ ਨੇ ਪੇਪਰ ਭਰੇ ਆ 9 ਮੰਥ ਵਾਲੇ ਠੀਕ ਆ ਨਹੀਂ 1000 ਬੰਦੇ ਨੇ ਭਰੇ ਆ ਸਾਲ ਵਾਲੇ 600 ਬੰਦੇ ਨੇ ਭਰੇ ਆ 9 ਮੰਥ ਵਾਲੇ ਤੇ 150 ਬੰਦੇ ਨੇ ਪੇਪਰ ਭਰੇ ਆ ਅ ਡੋਮੈਸਟਿਕ ਪੇਪਰ ਠੀਕ ਆ ਟੋਟਲ ਕੋਟਾ ਇਹ ਵਾਲਾ ਸੀ ਜਿਨ੍ਹਾਂ ਦਾ ਟੋਟਲ ਕੋਟਾ ਹੈ ਸੀ 1700 60 ਦਾ ਕੋਟਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬਲੋਨੀਆਂ ਦੀ ਬਲੋਨੀਆਂ ਦਾ ਕੋਟਾ ਹੈਗਾ ਸੀ 500 500 ਬੰਦੇ ਦਾ ਕੋਟਾ ਸੀ ਜਿਹਦੇ ਵਿੱਚੋਂ 170 ਬੰਦਿਆਂ ਨੇ ਪੇਪਰ ਭਰੇ ਆ 9 ਮੰਥ ਵਾਲੇ ਦਾ ਕੋਟਾ ਸੀ 200 310 ਬੰਦੇ ਪੇਪਰ ਹੈਗੇ ਹੀ ਮਤਲਬ ਕੋਟਾ ਹੈਗਾ ਸੀ 9 ਮੰਥ ਵਾਲੇ ਦਾ 10 ਬੰਦਿਆਂ ਦਾ ਕੋਟਾ ਹੈਗਾ ਸੀ ਸਿਰਫ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਫਿਲ ਕੀਤੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਮੋਦੇਨਾ ਮੋਦੇਨਾ ਜੀ ਕੋਟਾ ਟੋਟਲ ਕਿਹਦਾ ਕੋਟਾ ਹੈਗਾ ਸੀ 500 ਬੰਨਿਆਂ ਦਾ ਜਿਹਦੇ ਵਿੱਚੋਂ 100 ਬੰਨਿਆਂ ਪੇਪਰ ਭਰੇ 60 ਬੰਨਿਆਂ ਪੇਪਰ ਵਾ ਸਾਲ ਵਾਲੇ 300 ਬੰਨਾਂ ਹੈ ਗਿਆ 9 ਮਨთ ਵਾਲ ਤੇ 100 ਹੀ ਬੰਨਿਆਂ ਹੈ ਗਿਆ ਡੋਮੈਸਟਿਕ ਪੇਪਰ ਠੀਕ ਹੈ ਕੋਟਾ ਹੈਗਾ ਇਹਦਾ ਉਸ ਤੋਂ ਬਾਅਦ ਗੱਲ ਕਰਦੇ ਆ ਪਾਰਮਾ ਦੀ ਪਾਰਮਾ ਵਿੱਚ ਕੋਟਾ ਹੈਗਾ ਸੀ 146 ਬੰਨਿਆਂ ਦਾ ਕੋਟਾ ਸੀ ਜਿਸ ਵਿੱਚੋਂ 30 ਕੋਟੀ ਬੰਨਿਆਂ ਦਾ ਕੋਟਾ ਹੈਗਾ ਵਾ ਸਾਲ ਵਾਲੇ ਪੇਪਰਾਂ ਦਾ 80 ਬੰਨਿਆਂ ਦਾ ਕੋਟਾ ਹੈਗਾ ਵਾ 9 ਮਨთ ਵਾਲਿਆਂ ਦਾ ਤੇ 30 ਬੰਨਿਆਂ ਦਾ ਕੋਟਾ ਹੈਗਾ ਵਾ ਡੈਮੈਸਟਿਕ ਵਾਲੇ ਪੇਪਰਾਂ ਦਾ ਉਸ ਤੋਂ ਬਾਅਦ ਗੱਲ ਕਰਦੇ ਨੇ ਉਸ ਤੋਂ ਬਾਅਦ ਹੈਗੇ ਕਿਹੜਾ ਵਾ ਆ ਪਾਰਮਾ ਵੀ ਹੋ ਗਿਆ ਆਪਣਾ ਉਸ ਤੋਂ ਬਾਅਦ ਹੈਗਾ ਤ੍ਰਿਸਤੀ ਤ੍ਰਿਸਤੀ ਦੇ ਕੋਟਾ ਹੈਗਾ ਵਾ ਬਾਈਗੁੰਨਾ ਸਿਰਫ ਜਿਹਦੇ ਵਿੱਚੋਂ 20 ਬੰਨਾਂ ਦੇ ਪੇਪਰ ਹੈਗੇ ਆ ਸਾਲ ਵਾਲੇ ਠੀਕ ਆ ਤੇ ਨਾ ਹੀ ਕੋਈ ਪੇਪਰ ਹੈਗੇ ਜਿਨ੍ਹਾਂ ਦੇ ਡੋਮੈਸਟਿਕ ਵਾਲੇ ਤੇ ਦੂਜੇ 9 ਮਹੀਨ ਥੋੜੇ ਨਾਲ ਕੋਈ ਕੋਟਾ ਨਹੀਂ ਹੈਗਾ ਇਸ ਵਿੱਚ ਠੀਕ ਆ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਲਕਟੀਨਾ ਦੇ ਲੈਟੀਨਾ ਬਾਰੇ ਗੱਲ ਕਰਦੇ ਆਂ ਲਕਟੀਨਾ ਵਿੱਚ ਕੋਟਾ ਡੋਟ ਲਗਾ ਸੀ 3318 ਬੰਦੇ ਦਾ ਕੋਟਾ ਸੀ ਜਿਸ ਵਿੱਚੋਂ 1400 ਬੰਦੇ ਪੇਪਰ ਭਰੇ ਜਾਣੇ ਸੀ ਮਲਕੀ ਕੋਟਾ ਹੈਗਾ ਹੀ ਸਾਲ ਦੇ ਪੇਪਰਾਂ ਦਾ 1800 ਬੰਦੇ ਦਾ ਪੇਪਰ ਭਰੇ ਜਾਣੇ ਸੀ ਜਿ ਮਲਕੀ ਕੋਟਾ ਹੈਗਾ ਵਾ 9 ਮੰਥ ਵਾਲੇ ਪੇਪਰਾਂ ਦਾ 100 ਬੰਦੇ ਦਾ ਕੋਟਾ ਹੈਗਾ ਸੀ ਜਿਨ੍ਹਾਂ ਨੇ ਪੇਪਰ ਭਰਨੇ ਆ ਪੇਪਰ ਭਰੇ ਆ ਸਾਲ ਵਾਲਾ ਉਹ ਆਪਾਂ ਕਹਿ ਦਈਏ ਡਿਮੈਸਟਿਕ ਪੇਪਰ ਭਰੇ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਰੋਮ ਬਾਰੇ ਰੋਮ ਜਿਹੜੀ ਇਥੋਂ ਦੀ ਕੈਪੀਟਲ ਵਾ ਆਪਾਂ ਕਹਿੰਦੇ ਆਂ ਆਪਣੇ ਇਟਾਲੀਆ ਦੀ ਉਹਦੇ ਬਾਰੇ ਗੱਲ ਕਰਦੇ ਆਂ ਉੱਥੇ ਕੋਟਾ ਹੈਗਾ ਸੀ 2220 ਬੰਨਿਆਂ ਦਾ ਕੋਟਾ ਸੀ ਜਿਸ ਵਿੱਚੋਂ 1000 ਬੰਨਿਆਂ ਦਾ ਕੋਟਾ ਹੈਗਾ ਵਾ ਸਾਵਲੇ ਪੇਪਰਾਂ ਦਾ 220 ਬੰਨਿਆਂ ਦਾ ਕੋਟਾ ਹੈਗਾ ਵਾ ਨੌ ਮਨ੍ਹਤ ਵਾਲੇ ਪੇਪਰਾਂ ਦਾ ਤੇ 1000 ਬੰਨਿਆਂ ਦਾ ਇਹ ਕੋਟਾ ਹੈਗਾ ਵਾ ਆਪਾਂ ਕਹੀਏ ਕਿ ਡੋਮੈਸਟਿਕ ਪੇਪਰਾਂ ਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਨੋਵਾ ਦੀ ਜਨੋਵਾ ਵਿੱਚ 101 113 ਬੰਨ ਦਾ 113 ਬੰਨ ਦਾ 103 ਬੰਨ ਦਾ ਕੋਟਾ ਜਿਸ ਵਿੱਚ 85 ਬੰਨ ਦਾ ਕੋਟਾ ਹੈਗਾ ਜਿਨ੍ਹਾਂ ਨੇ ਪੇਪਰ ਭਰਿਆ ਸਾਲ ਵਾਲੇ ਉਹਨਾਂ ਦਾ ਕੋਟਾ ਹੀ 6 ਬੰਨ ਦਾ ਕੋਟਾ ਹੈ ਜਿਨ੍ਹਾਂ ਨੇ ਭਰੇ ਆ ਆਪਣੇ ਨੌ ਮੰਤ ਵਾਲੇ ਤੇ 10 ਬੰਨ ਦਾ ਕੋਟਾ ਹੈਗਾ ਜੀ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਫਿਲ ਕੀਤੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਬੇਰਗਾਮਾ ਬੇਰਗਾਮਾ ਦੀ ਗੱਲ ਕਰਦੇ ਆ ਬੇਰਗਾਮਾ ਵਿੱਚ ਕੋਟਾ ਹੈਗਾ ਸੀ 110 ਬੰਨਿਆਂ ਦਾ ਕੋਟਾ ਸੀ ਜਿਸ ਵਿੱਚੋਂ 50 ਬੰਨਿਆਂ ਦਾ ਕੋਟਾ ਹੈਗਾ ਸੀ ਜਿਨ੍ਹਾਂ ਨੇ ਸਾਲ ਵਾਲੇ ਭਰਿਆ 30 ਬੰਨਿਆਂ ਦਾ ਕੋਟਾ ਹੈਗਾ ਸੀ ਜਿਨ੍ਹਾਂ ਨੇ 9 ਮਹੀਨਿਆਂ ਵਾਲੇ ਭਰਿਆ ਤੇ 30 ਬੰਨਿਆਂ ਦਾ ਕੋਟਾ ਹੈਗਾ ਸੀ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਫਿਲ ਕੀਤੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਬਰੇਸ਼ੀਆ ਦੀ ਬਰੇਸ਼ੀਆ ਵਿੱਚ ਕੋਟਾ ਹੈਗਾ ਸੀ 131 ਬੰਨਿਆਂ ਦਾ ਕੋਟਾ ਸੀ ਜਿਸ ਵਿੱਚੋਂ 50 ਬੰਨਿਆਂ ਪੇਪਰ ਮਲਕੀ 50 ਬੰਨਿਆਂ ਦਾ ਕੋਟਾ ਹੈਗਾ ਸੀ ਜਿਨ੍ਹਾਂ ਨੇ ਸਾਲ ਪੇਪਰ ਫਿਲ ਕੀਤੇ ਸੀ ਪੰਜਾਬ ਬੰਦਾ ਕੋਟਾ ਹੈਗਾ ਜਿਨ੍ਹਾਂ ਨੇ ਕੀਤੇ ਆ 9 ਮੰਥ ਵਾਲੇ ਤੇ 30 ਬੰਦਾ ਹੈਗਾ ਜਿਨ੍ਹਾਂ ਨੇ ਪੇਪਰ ਫਿਲ ਕੀਤੇ ਆ ਆਪਣੇ ਡੋਮੈਸਟਿਕ ਵੇਪਨ ਦੀ ਗੱਲ ਕਰਦਿਆਂ ਪਿਆ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਮਿਲਾਨੋ ਦੀ ਮਿਲਾਨੋ ਦਾ ਕੋਟਾ ਹੈਗਾ ਸੀ 2 257 ਬੰਦਾ ਦਾ ਕੋਟਾ ਸੀ ਜਿਸ ਵਿੱਚੋਂ 150 ਬੰਦੇ ਪੇਪਰ ਭਰੇ ਜਾਣੇ ਸੀ ਸਾਲ ਵਾਲੇ 5 ਬੰਦੇ ਪੇਪਰ ਭਰੇ ਜਾਣੇ ਸੀ ਜਿਨ੍ਹਾਂ ਨੇ ਭਰਿਆ ਵਾ ਕੋਟਾ ਆਪਾਂ ਕਹਿ ਦਈਏ 9 ਮੰਥ ਵਾਲਿਆਂ ਦਾ ਤੇ 100 ਬੰਨਾਂ ਪੇਪਰ ਬਾਰੇ ਜਾਣਨੇ ਸੀ ਜਿਨ੍ਹਾਂ ਨੇ ਜਿਹੜੇ ਆਪਣੇ ਡੋਮੈਸਟਿਕ ਪੇਪਰਾਂ ਵਾਲੀ ਗੱਲ ਕਰਦੀ ਆਪਾਂ ਠੀਕ ਹੈ ਮੇਨ ਮੇਨ ਆ ਪ੍ਰਸੰਗ ਹੈ ਜਿਹੜੇ ਜਿਹੜੇ ਮੇਨੋ ਜਿੱਥੇ ਜਿੱਥੇ ਜਾ ਕੇ ਪੇਪਰ ਜਾਂਦੇ ਸੀ ਜਿਆਦਾ ਕੋਟਾ ਦੇ ਬਾਰੇ ਗੱਲ ਕਰਾਂਗੇ ਠੀਕ ਹੈ ਹੋਰ ਕਿਹੜਾ ਹੈਗਾ ਵਾ ਇੱਕ ਮਿੰਟ ਮੈਂ ਵੇਖਦਾ ਵਾਂ ਹੋਰ ਹੈਗਾ ਵਾ bari bari ਬਾਰੇ ਗੱਲ ਕਰਦੇ ਆ bari ਵਿੱਚ ਕੋਟਾ ਹੈਗਾ ਸੀ 1660 ਬੰਨਾਂ ਦਾ ਕੋਟਾ ਵਾ ਜਿਸ ਵਿੱਚੋਂ 1300 ਬੰਨਾਂ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਸਾਵਲ ਪੇਪਰ ਫਿਲ ਕੀਤੇ ਆ 300 ਬੰਨਾਂ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਆ ਆਪਣੇ ਨੌਮਨ ਫਾਰਮ ਪੇਪਰ ਫਿਲ ਕੀਤੇ ਆ ਤੇ 50 ਬੰਦਾ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਪੇਪਰ ਫਿਲ ਕੀਤੇ ਆ ਡੋਮੈਸਟਿਕ ਉਹਨਾਂ ਦਾ ਠੀਕ ਹੈ ਉਸ ਤੋਂ ਬਾਅਦ ਕਰਦੇ ਆ ਫੌਜਾ ਫੌਜਾ ਚ ਹੈਗਾ ਸੀ 4102 ਬੰਦਿਆਂ ਦਾ ਕੋਟਾ ਸੀ ਫੌਜਾ ਦੇ ਵਿੱਚ ਜਿਨ੍ਹਾਂ ਵਿੱਚੋਂ 1500 ਬੰਦੇ ਨੇ ਪੇਪਰ ਫਿਲ ਕਰਨੇ ਸੀ 1500 ਬੰਦੇ ਦਾ ਕੋਟਾ ਹੈਗਾ ਸੀ ਜਿਨ੍ਹਾਂ ਨੇ ਸਾਲ ਵਾਲਾ ਪੇਪਰ ਫਿਲ ਕਰਨੇ ਆ 290 ਬੰਦਿਆਂ ਦਾ ਕੋਟਾ ਸੀ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰ ਫਿਲ ਕਰਨੇ ਆ ਤੇ 100 ਬੰਦਿਆਂ ਦਾ ਕੋਟਾ ਹੈਗਾ ਸੀ ਜਿਨ੍ਹਾਂ ਨੇ ਪੇਪਰ ਫਿਲ ਕੀਤੇ ਆ ਡੋਮੈਸਟਿਕ ਵਾਲੇ ਉਹਨਾਂ ਦਾ ਕੋਟਾ ਸੀ ਉਸ ਤੋਂ ਬਾਅਦ ਗੱਲ ਕਰਦੇ ਆ ਲੇਚੇ ਬਾਰੇ ਲੇਚੇ ਚ ਹੈ ਗਿਆ 804 ਬੰਦਿਆਂ ਨੇ 800 890 ਬੰਦਿਆਂ ਨੇ ਪੇਪਰ ਫਿਲ ਕੀਤੇ ਆ ਮਤਲਬ ਕਿ 800 ਬੰਦਾ ਦਾ ਕੋਟਾ ਸੀ ਜਿਸ ਵਿੱਚੋਂ 500 ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਜਾ ਵਾਲੇ ਪੇਪਰ ਫਿਲ ਕੀਤੇ ਆ 150 ਬੰਦਾ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਪੇਪਰ ਫਿਲ ਕੀਤੇ ਆ 9 ਮੰਨਤਾ ਤੇ 1.5 ਇਹਨਾਂ ਦਾ ਕੋਟਾ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਫਿਲ ਕੀਤੇ ਆ ਠੀਕ ਹੈ ਉਸ ਤੋਂ ਬਾਅਦ ਕਰਦੇ ਆ ਤਰਾਂਤੋ ਦੀ ਤਰਾਂਤੋ ਵਿੱਚ 500 ਕੈਸੀ ਬੰਦੇ ਦਾ ਕੋਟਾ ਸੀ ਜਿਸ ਵਿੱਚੋਂ 300 ਬੰਦੇ ਪੇਪਰ ਸੀ 9 ਸਾਲ ਵਾਲੇ 250 ਬੰਦੇ ਦੇ ਸੀ 9 ਮੰਨਤ ਵਾਲੇ ਤੇ 30 ਬੰਦੇ ਪੇਪਰ ਸੀ ਜਿਨ੍ਹਾਂ ਨੇ ਆਪਣਾ ਡੋਮੈਸਟਿਕ ਪੇਪਰ ਭਰੇ ਆ ਠੀਕ ਹੈ ਉਸ ਤੋਂ ਬਾਅਦ ਕਿਹੜਾ ਹੋਰ ਮੇਨ ਉਸ ਤੋਂ ਬਾਅਦ ਗੱਲ ਕਰਦੇ ਹਾਂ ਸ਼ਸ਼ੀਲੀਆ ਬਾਰੇ ਐਗਰੀਜ਼ੈਂਟੋ ਐਗੈਂਦੋਈ ਜਗ੍ਹਾ ਸੀ 155 ਬੰਦਨਾ ਦਾ ਕੋਟਾ ਜਿਹਦੇ ਵਿੱਚੋਂ 120 ਬੰਦਨਾ ਦਾ ਹਿਸਾਬ ਵਾਲੇ ਭਰੇ ਆ 20 ਬੰਦਿਆਂ ਨੇ ਭਰੇ ਆ ਨੌਮਨਥ ਵਾਲੇ ਤੇ 5 ਬੰਦਿਆਂ ਨੇ ਭਰੇ ਆ ਆਪਣੇ ਆਪ ਦਾ ਆਪਰਾ ਕਰੇ ਡੋਮੈਸਟਿਕ ਪੇਪਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਤਾਨੀਆਂ ਦੀ ਕਤਾਨੀਆਂ ਦਾ 400 ਬੰਦ ਦਾ ਕੋਟਾ ਸੀ 81 400 ਦਾ ਜਿਹਦੇ 350 ਬੰਦ ਦਾ ਪੇਪਰ ਸੀ ਆਪਣੇ ਕਹਿ ਦਈਏ 350 ਬੰਦ ਦਾ ਪੇਪਰ ਹੈ ਗਿਆ ਕਿੱਥੋਂ ਦੇ ਸਾਲ ਵਾਲੇ 40 ਬੰਦੇ ਦੇ ਹੈਗੇ ਸੀ ਆਪਣੇ 9 ਮੰਤ ਵਾਲੇ ਤੇ 5 ਬੰਦੇ ਬੇਪਰ ਹੈਗੇ ਸੀ ਜਿਨ੍ਹਾਂ ਨੇ ਫਲੂਸ ਦੁਜੇ ਮੈਸੀ ਪੇਪਰ ਫਿਲ ਕੀਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਨ੍ਹਾਂ ਦੀ ਇਨ੍ਹਾਂ ਵਿੱਚ ਕੋਟਾ ਹੈਗਾ ਸੀ 80 ਬੰਦਿਆਂ ਦਾ ਜਿਹਦੇ ਵਿੱਚੋਂ 70 ਬੰਦੇ ਹੈਗੇ ਸੀ ਕੋਟਾ ਜਿਨ੍ਹਾਂ ਨੇ ਸਾਵਲ ਭਰੇ ਆ 10 ਬੰਦਿਆਂ ਦਾ ਹੈਗਾ ਸੀ ਜਿਨ੍ਹਾਂ ਨੇ ਭਰੇ ਆ ਆਪਣੇ ਨੋਮੰਥ ਵਾਲੇ ਤੇ 5 ਮੰਨ੍ਹੇ ਲਗਾ ਸੀ ਜਿਨ੍ਹਾਂ ਨੇ ਭਰੇ ਆ ਆਪਣੇ ਅਪਤਲਪੜਾ ਕਰੇ ਡੋਮੈਸਟਿਕ ਪੇਪਰ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪਲੇਅਰ ਮੋਦੀ ਪਲੇਅਰ ਮੋ ਦਾ ਕੋਟਾ ਹੈਗਾ ਸੀ 187 ਬੰਨਿਆਂ ਦਾ ਜਿਹਦੇ ਵਿੱਚੋਂ 150 ਬੰਨਿਆਂ ਨੇ ਕੋਟਾ ਪੇਪਰ ਫਿਲ ਕੀਤੇ ਆ ਆਪਣੇ ਨੋਮ ਸਾਲ ਵਾਲੇ ਤੇ 5 ਬੰਨਿਆਂ ਨੇ ਪੇਪਰ ਫਿਲ ਕੀਤੇ ਆ ਨੋਮ ਮੰਥ ਵਾਲੇ ਤੇ 1 ਬੰਨਿਆਂ ਨੇ ਪੇਪਰ ਫਿਲ ਕੀਤੇ ਆ 30 ਬੰਨਿਆਂ ਦਾ 30 ਬੰਨਿਆਂ ਨੇ ਪੇਪਰ ਫਿਲ ਕੀਤੇ ਆ ਆਪਣੇ ਡੋਮੈਸਟਿਕ ਪੇਪਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਰਗੂਸਾ ਦੀ ਰਗੂਸੇ ਦਾ ਕੋਟਾ ਹੈਗਾ ਸੀ 4300 ਕੋਜ ਬਣਨਾ ਕੋਟਾ ਹੈਗਾ ਸੀ ਰਗੂਸੇ ਦਾ ਜਿਸ ਵਿੱਚ 3000 ਬਣਨ ਫੇਰ ਫਿਲ ਕੀਤੇ ਆ ਆਪਣੇ ਆਧਰਾ ਪਰ ਕਰੇ ਸਾਲ ਵਾਲੇ 1350 ਬਣਨ ਪੇਪਰ ਫਿਲ ਕੀਤੇ ਆ 9 ਮਨთ ਵਾਲੇ ਤੇ 20 ਬਣਨ ਪੇਪਰ ਫਿਲ ਕੀਤੇ ਆ ਡੋਮੈਸਟਿਕ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸੀ ਰਗੂਸਾ ਦੀ ਸੀ ਰਗੂਸਾ ਵਿੱਚ 200 57 ਬੰਦਾ ਦਾ ਕੋਟਾ ਸੀ ਜਿਸ ਵਿੱਚੋਂ 200 ਬੰਦਾ ਨੇ ਪੇਪਰ ਫਿਲ ਕੀਤੇ ਆ ਪੇਪਰ ਫਿਲ ਹੋਣੇ ਸੀ ਨੌਮ ਸਾਲ ਵਾਲੇ 35 35 ਬੰਦਾ ਪੇਪਰ ਫਿਲ ਹੋਣੇ ਸੀ ਆਪਣੇ ਅਪਰਾਪਰਾ ਕਰੇ ਨੌ ਮੰਥ ਵਾਲੇ ਤੇ ਬਾਕੀ 20 ਬੰਦਾ ਦੇ ਪੇਪਰ ਫਿਲ ਹੋਣੇ ਸੀ ਡੋਮੈਸਟਿਕ ਵਾਲੇ ਠੀਕ ਆ ਉਸ ਤੋਂ ਬਾਅਦ ਆ ਗਿਆ ਫਰਾਂਸੇ ਫਰਾਂਸੇ ਵਿੱਚ ਹੈਗਾ ਸੀ 400 ਬੰਦਾ ਦਾ ਕੋਟਾ ਜਿਸ ਵਿੱਚੋਂ 150 ਬੰਦਾ ਦਾ ਕੋਟਾ ਹੈਗਾ ਸੀ ਆਪਣੇ ਸਾਲ ਵਾਲੇ ਪੇਪਰਾਂ ਦਾ 150 ਦਾ ਹੀ ਹੈਗਾ ਸੀ ਜਿਨ੍ਹਾਂ ਨੇ ਪੇਪਰ ਭਰਿਆ ਆਪਣੇ ਨੌ ਮਨਥ ਵਾਲੇ ਤੇ ਸੌ ਆਪ ਬੰਨਿਆ ਗੋਟ ਹੈਗਾ ਸੀ ਜਿਨ੍ਹਾਂ ਨੇ ਭਰੇ ਆ ਡੋਮੈਸਟਿਕ ਪੇਪਰ ਠੀਕ ਹੈ ਜੀ ਹੋਰ ਪਕੇਰੇ ਘਰੇ ਰਹਿ ਗਿਆ ਮੇਨ ਮੇਨ ਤਕਰੀਬਨ ਮੇਰੇ ਹਿਸਾਬ ਨਾਲ ਤੇ ਹੋ ਹੀ ਗਿਆ ਵਾ ਉਸ ਤੋਂ ਬਾਅਦ ਆ ਗਿਆ ਵਨੇਸ਼ੀਆ ਵਨੇਸ਼ੀਆ ਜਿਹੜਾ ਪਾਣੀ ਵਾਲਾ ਸ਼ਹਿਰ ਉਹਦੇ ਬਾਰੇ ਗੱਲ ਕਰਦੇ ਆ ਉੱਥੇ ਗੋਟ ਹੈਗਾ ਸੀ 1200 ਬੰਦਿਆਂ ਦਾ ਜਿਹਦੇ ਵਿੱਚੋਂ 500 ਬੰਦਿਆਂ ਨੇ ਪੇਪਰ ਫਿਲ ਕੀਤਾ 500 ਬੰਦੇ ਦਾ ਕੋਟਾ ਹੈਗਾ ਸੀ ਸਾਲ ਵਾਲਾ 600 ਦਾ ਹੈਗਾ ਸੀ 9 ਮੰਥ ਵਾਲਾ ਤੇ 100 ਦਾ ਹੈਗਾ ਸੀ ਡੋਮੈਸਟਿਕ ਪੇਪਰਾਂ ਦਾ ਬਰੋਨਾ ਬਰੋਨਾ ਦਾ ਹੈਗਾ ਸੀ 4081 4000 ਦਾ ਕੋਟਾ ਹੈਗਾ ਸੀ ਠੀਕ ਹੈ ਜਿਹਦੇ ਵਿੱਚੋਂ 1890 ਪੇਪਰ ਫਿਲ ਕੀਤੇ ਆ ਆਪਣੇ ਸਾਲ ਵਾਲੇ 2100 ਬੰਦੇ ਨੇ 9 ਮੰਥ ਵਾਲੇ ਤੇ 5 ਬੰਦਿਆਂ ਨੇ ਡੋਮੈਸਟਿਕ ਉਸ ਤੋਂ ਬਾਅਦ 20 ਚਾਂਸ ਆ ਵੀ ਚਾਂਸੇ ਦਾ ਹੈਗਾ ਸੀ 100 6 ਬੰਦਾ ਦਾ ਕੋਟਾ ਸੀ ਜਿਸ ਵਿੱਚੋਂ 50 ਬੰਦੇ ਨੇ ਪੇਪਰ 20 ਬੰਦੇ ਪੇਪਰ ਫਿਲ ਕੀਤੇ ਆਪਣੇ ਸਾਲ ਵਾਲੇ 50 ਤੇ 30 80 80 ਬੰਦੇ ਪੇਪਰ ਫਿਲ ਕੀਤੇ ਆਪਣੇ 9 ਮੰਥ ਵਾਲੇ ਤੇ 50 ਬੰਦੇ ਪੇਪਰ ਫਿਲ ਕੀਤੇ ਸੀ ਆਪਣੇ ਰਸਤਾ ਪੜਾ ਕਰੇ ਡੋਮੈਸਟਿਕ ਠੀਕ ਹੈ ਜੀ ਲੋ ਵੀ ਮਿੱਤਰੋ ਇਹ ਤਾਂ ਕੋਟੇ ਜਿਹੜੇ ਆ ਮੈਨੂੰ ਆਏ ਸੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਿੱਤੇ ਆ ਤੇ ਜੇਕਰ ਤੁਹਾਨੂੰ ਆਪਣਾ ਹੱਲੇ ਵੀ ਕੋਟਾ ਤੁਹਾਨੂੰ ਪਤਾ ਨ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਪੁੱਛਿਓ ਤਾਂ ਜੋ ਆਪਾਂ ਇੱਕ ਹੋਰ ਵੀਡੀਓ ਬਣਾ ਕੇ ਜਿਹੜੇ ਜਿਹੜੇ ਵੀ ਆਪਾਂ ਸਵਾਲ ਹੋਣਗੇ ਸਵਾਲਾਂ ਤੇ ਵੀਡੀਓ ਬਣਾ ਕੇ ਤੇ ਆਪਾਂ ਕਮੈਂਟਾਂ ਵਿੱਚ ਕਮੈਂਟਾਂ ਦੇ ਜਵਾਬ ਜਰੂਰ ਦੇਵਾਂਗੇ ਤੇ ਕਮੈਂਟ ਕਰਕੇ ਜਰੂਰ ਪੁੱਛਿਓ ਤਾਂ ਜੋ ਆਪਾਂ ਇੱਕ ਹੋਰ ਵੀਡੀਓ ਬਣਾ ਕੇ ਤੇ ਆਪਾਂ ਤੁਹਾਨੂੰ ਫੇਰ ਦੱਸ ਸਕੀਏ ਜਿਨ੍ਹਾਂ ਨੂੰ ਸਮਝ ਨਾ ਲੱਗੀ ਹੋਵੇ। ਇਸ ਵੀਡੀਓ ਸਿਰਫ ਇੰਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ।